ਅਤੇ ਉਹਨੂੰ ਕਹਿੰਦਾ ਨਹੀਂ, ਕਹਿੰਦੀ ਤੂੰ ਉਹਨੂੰ ਬਲੌਕ ਕਰ ਦੇ। ਮੈਂ ਕਿਹਾ ਜੀ ਠੀਕ ਆ, ਮੈਂ ਕੋਈ ਗੱਲ ਨਹੀਂ ਕਰ ਦਿੰਦਾ। ਅਤੇ ਮੈਨੂੰ ਫਿਰ ਫੋਨ ਆਉਣ ਲੱਗ ਪਏ। ਫਿਰ ਆਉਣ ਤੋਂ ਬਾਅਦ ਅਤੇ ਕੱਲ੍ਹ ਜਿਸ ਟਾਈਮ ਹੋਇਆ, ਮੈਂ ਉਸ ਤੋਂ ਪਹਿਲਾਂ ਮੈਂ ਦੁਖੀ ਹੋ ਕੇ ਉਹਦੇ ਭਰਾ ਨੂੰ ਕੁੜੀ ਦੇ ਨੂੰ ਫੋਨ ਕੀਤਾ। ਮੈਂ ਕਿਹਾ ਯਾਰ ਮੈਨੂੰ ਫੋਨ ਆ ਰਹੇ ਆ, ਤੁਸੀਂ ਕਿਉਂ ਮੈਨੂੰ ਤੰਗ ਕਰਦੇ ਆ? ਉਹ ਮੇਰੇ ਨਾਲ ਥੋੜ੍ਹਾ ਗਲਤ ਮਲਤ ਬੋਲਿਆ ਅਤੇ ਇੱਦਾਂ। ਅਤੇ ਕੁੜੀ ਕਹਿੰਦਾ ਤੂੰ ਸਾਡੀ ਕੁੜੀ ਦੀ ਜ਼ਿੰਦਗੀ ਇੱਦਾਂ ਕੀਤੀ। ਮੈਂ ਕਿਹਾ ਯਾਰ ਮੇਰੇ ਵਿੱਚ ਤਾਂ ਕੋਈ ਮਸਲਾ ਹੀ ਨਹੀਂ, ਜੋ ਕਰਦਾ ਤਾਂ ਤੇਰਾ ਜੀਜਾ ਕਰਦਾ ਹੈ ਨਾ ਇਹ, ਤਾਂ ਮੇਰਾ ਤਾਂ ਵਿੱਚ ਕੋਈ ਹਿਸਾਬ। ਤੋਂ ਮੈਨੂੰ ਵੀ ਧਮਕਿਆ ਦਿੰਦਾ ਕਿ ਮੈਂ ਤੈਨੂੰ ਕਿਡਨੈਪ ਕਰਾ ਦੇਣਾ, ਮੇਰੇ ਮਗਰ ਆ ਮੈਂ ਬਦਮਾਸ਼ੀ ਕੀਤੀ ਇੱਦਾਂ ਉੱਦਾਂ, ਅਤੇ ਕਦੀ ਵਟਸਐਪ 'ਤੇ ਕਰਦਾ, ਕਦੀ ਕਿਸੇ ਚੀਜ਼ 'ਤੇ ਕਰਦਾ। ਮੈਂ ਕਿਹਾ ਇੱਦਾਂ ਮੇਰੇ ਨਾਲ ਕਰਦਾ, ਇਹ ਕੀ ਮਸਲਾ ਆ? ਅਤੇ ਉਹਨੇ ਬਾਅਦ ਵਿੱਚ ਮੈਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ। ਅਤੇ ਮੈਂ ਉਹਨੂੰ ਫਿਰ ਉਹਨੂੰ ਕਿਹਾ ਮੁੰਡੇ ਨੂੰ, ਮੈਂ ਕਿਹਾ ਚੱਲ ਠੀਕ ਆ ਜਿੱਦਾਂ ਨਿਬੇੜਨੀ। ਉਹਨੇ ਮੈਨੂੰ ਕਿਹਾ ਕਹਿੰਦਾ ਤੇਰੇ ਨਾਲ ਤੈਨੂੰ ਫੋਨ ਕਰਦਾ, ਜਿੱਦਾਂ ਤੂੰ ਨਿਬੇੜਦੇ ਨਿਬੇੜ ਲਾ, ਉਹਦੇ ਨਾਲ ਵਿੱਚ ਸਾਡਾ ਨਹੀਂ ਕੋਈ। ਭਾਅ ਜੀ ਮੈਨੂੰ ਜਿੱਦਾਂ 2 ਕੁ ਦਿਨਾਂ ਤੋਂ ਫੋਨ ਆ ਰਿਹਾ ਸੀ ਨਵੇਂ ਸ਼ਹਿਰ ਤੋਂ, ਉਹ ਬੰਦੇ ਦਾ ਨਾਂ ਹੈਪੀ ਆ, ਅਤੇ ਉਹਦਾ ਮੈਨੂੰ ਕੋਲ ਆਈ ਸੀਗੀ। ਉਹ ਮੇਰੇ ਨਾਲ ਵੱਧ ਘੱਟ ਬੋਲਿਆ, ਕੁੜੀ ਦਾ ਵਿੱਚ ਮਸਲਾ ਸੀ। ਮੈਂ ਉਹਨੂੰ ਦੱਸਿਆ, ਮੈਂ ਕਿਹਾ ਯਾਰ ਸਾਡਾ ਵੈਸੇ ਫਰੈਂਡ ਸਰਕਲ ਸੀਗਾ, ਕੋਈ ਇਦਾਂ ਦਾ ਮਸਲਾ ਨਹੀਂ ਸੀਗਾ, ਕਿਉਂਕਿ ਉਹ ਬੰਦਾ ਬਹੁਤ ਚਿਰ ਤੋਂ ਖਹਿਬਾਜ਼ੀ ਰੱਖੀ ਬੈਠਾ ਜੀ, ਕਿਉਂਕਿ ਉਹ ਜਿਸ ਟਾਈਮ ਉਹਨੇ ਆਪਣੇ ਘਰ ਵਾਲੀ ਨੂੰ ਕੁੱਟਿਆ ਹੋਇਆ ਸੀਗਾ, ਅਤੇ ਅੱਜ ਤੋਂ ਮੇਰੇ ਹਿਸਾਬ ਨਾਲ 2-2.5 ਸਾਲ ਪਹਿਲਾਂ ਦੀ ਗੱਲ ਹੋਣੀ ਆ, ਉਹਨੇ ਆਪਣੇ ਘਰ ਵਾਲੀ ਨੂੰ ਕੁੱਟਿਆ ਸੀ। ਉਸ ਟਾਈਮ ਵੀ ਮੈਂ ਹੀ ਉਹਨਾਂ ਦੀ ਕੁੜੀ ਵਾਲਿਆਂ ਦੇ ਨਾਲ ਜਾ ਕੇ ਉਹਨਾਂ ਲੈ ਕੇ ਆਉਂਦਾ, ਜਦ ਹੀ ਉਹਨੇ ਨਿਗਾਹ ਦੇ ਵਿੱਚ ਰੱਖਿਆ ਹੋਇਆ ਸੀ। ਅਤੇ ਹੋਰ ਕੁੜੀ ਦੇ ਕਈ ਮਸਲੇ ਸੀਗੇ, ਜਿੱਦਾਂ ਉਹਦੀ ਕੋਈ ਇੱਥੇ ਗੱਲਬਾਤ ਸੀਗੀ ਜਾਂ ਕੁਛ ਵੀ ਸੀਗੇ, ਇੰਦਣੇ ਦਾ ਮੁੰਡਾ ਵੀ ਸੀਗਾ, ਤਾਂ ਉਹਦੇ ਫੋਨ 'ਚ ਉਹਦੀਆਂ ਫੋਟੋਆਂ ਵਗੈਰਾ ਸੀ ਕੁਛ ਸੀਗਾ, ਉਹ ਸਾਰੀਆਂ ਮੈਂ ਕਟਵਾਈਆਂ ਸੀਗੀਆਂ ਫੋਨ ਦੇ ਵਿੱਚੋਂ। ਉਹ ਸਾਰੀ ਗੱਲਾਂ ਦੇ ਵਿੱਚੋਂ ਮੈਂ ਉਹਨਾਂ ਨੇ ਕਲੀਅਰ ਵੀ ਕੀਤੀ ਆ, ਮੈਂ ਕਿਹਾ ਮੇਰਾ ਕੋਈ ਮਸਲਾ ਨਹੀਂ ਹੈਗਾ, ਅਤੇ ਮੇਰਾ ਨਾ ਕੋਈ ਲਿੰਕ ਆ, ਮੇਰਾ ਆਪਣੀ ਫੈਮਿਲੀ ਬਹੁਤ ਵਧੀਆ ਚੱਲਦੀ ਆ, ਮੇਰਾ ਵੀਰ ਮੈਨੂੰ ਤੰਗ ਨਾ ਕਰੋ। ਅਤੇ ਉਸ ਤੋਂ ਬਾਅਦ ਅਤੇ ਉਹਨੇ ਫੋਨ ਕੱਟਿਆ, ਮੈਂ ਵੀ ਕੱਟਤਾ। ਅਤੇ ਮੈਂ ਉਹਦੀ ਕੁੜੀ ਦੀ ਮਾਂ ਨੂੰ ਫੋਨ ਕੀਤਾ, ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਤੁਹਾਡਾ ਜਵਾਈ ਮੈਨੂੰ ਕਾਲ ਕਰਦਾ ਆ, ਮੈਂ ਕਿਹਾ ਇੱਦਾਂ ਚੰਗਾ ਨਹੀਂ ਲੱਗਦਾ ਹੈਗਾ। ਅਤੇ ਉਹ ਕਹਿੰਦੀ ਇੱਦਾਂ ਕਰ, ਉਹਨੂੰ ਕਿਹਾ ਤੂੰ ਫੋਨ ਕੱਟ ਦੇ। ਇਹ ਉਹਨੂੰ ਕਹਿੰਦਾ ਨਹੀਂ, ਕਹਿੰਦੀ ਤੂੰ ਉਹਨੂੰ ਬਲੌਕ ਕਰ ਦੇ। ਮੈਂ ਕਿਹਾ ਜੀ ਠੀਕ ਆ, ਮੈਂ ਕੋਈ ਗੱਲ ਨਹੀਂ ਕਰ ਦਿੰਦਾ। ਅਤੇ ਮੈਨੂੰ ਫਿਰ ਫੋਨ ਆਉਣ ਲੱਗ ਪਏ। ਫਿਰ ਆਉਣ ਤੋਂ ਬਾਅਦ ਅਤੇ ਕੱਲ੍ਹ ਜਿਸ ਟਾਈਮ ਹੋਇਆ, ਮੈਂ ਉਸ ਤੋਂ ਪਹਿਲਾਂ ਮੈਂ ਦੁਖੀ ਹੋ ਕੇ ਉਹਦੇ ਭਰਾ ਨੂੰ ਕੁੜੀ ਦੇ ਨੂੰ ਫੋਨ ਕੀਤਾ। ਮੈਂ ਕਿਹਾ ਯਾਰ ਮੈਨੂੰ ਫੋਨ ਆ ਰਹੇ ਆ, ਤੁਸੀਂ ਕਿਉਂ ਮੈਨੂੰ ਤੰਗ ਕਰਦੇ ਆ? ਉਹ ਮੇਰੇ ਨਾਲ ਥੋੜ੍ਹਾ ਗਲਤ ਮਲਤ ਬੋਲਿਆ ਅਤੇ ਇੱਦਾਂ। ਅਤੇ ਕੁੜੀ ਕਹਿੰਦਾ ਤੂੰ ਸਾਡੀ ਕੁੜੀ ਦੀ ਜ਼ਿੰਦਗੀ ਇੱਦਾਂ ਕੀਤੀ। ਮੈਂ ਕਿਹਾ ਯਾਰ ਮੇਰੇ ਵਿੱਚ ਤਾਂ ਕੋਈ ਮਸਲਾ ਹੀ ਨਹੀਂ, ਜੋ ਕਰਦਾ ਤਾਂ ਤੇਰਾ ਜੀਜਾ ਕਰਦਾ ਹੈ ਨਾ ਇਹ, ਤਾਂ ਮੇਰਾ ਤਾਂ ਵਿੱਚ ਕੋਈ ਹਿਸਾਬ। ਤੋਂ ਮੈਨੂੰ ਵੀ ਧਮਕਿਆ ਦਿੰਦਾ ਕਿ ਮੈਂ ਤੈਨੂੰ ਕਿਡਨੈਪ ਕਰਾ ਦੇਣਾ, ਮੇਰੇ ਮਗਰ ਆ ਮੈਂ ਬਦਮਾਸ਼ੀ ਕੀਤੀ ਇੱਦਾਂ ਉੱਦਾਂ, ਅਤੇ ਕਦੀ ਵਟਸਐਪ 'ਤੇ ਕਰਦਾ, ਕਦੀ ਕਿਸੇ ਚੀਜ਼ 'ਤੇ ਕਰਦਾ। ਮੈਂ ਕਿਹਾ ਇੱਦਾਂ ਮੇਰੇ ਨਾਲ ਕਰਦਾ, ਇਹ ਕੀ ਮਸਲਾ ਆ? ਅਤੇ ਉਹਨੇ ਬਾਅਦ ਵਿੱਚ ਮੈਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ। ਅਤੇ ਮੈਂ ਉਹਨੂੰ ਫਿਰ ਉਹਨੂੰ ਕਿਹਾ ਮੁੰਡੇ ਨੂੰ, ਮੈਂ ਕਿਹਾ ਚੱਲ ਠੀਕ ਆ ਜਿੱਦਾਂ ਨਿਬੇੜਨੀ। ਉਹਨੇ ਮੈਨੂੰ ਕਿਹਾ ਕਹਿੰਦਾ ਤੇਰੇ ਨਾਲ ਤੈਨੂੰ ਫੋਨ ਕਰਦਾ, ਜਿੱਦਾਂ ਤੂੰ ਨਿਬੇੜਦੇ ਨਿਬੇੜ ਲਾ, ਉਹਦੇ ਨਾਲ ਵਿੱਚ ਸਾਡਾ ਨਹੀਂ ਕੋਈ ਇਹਦੇ ਵਿੱਚ ਹੈਗਾ ਚੱਕਰ। ਮੈਂ ਕਿਹਾ ਚੱਲ ਠੀਕ ਆ ਮੈਨੂੰ ਫੋਨ ਕਰਦਾ, ਜੇ ਉਹਨੂੰ ਕਹੇ ਮੈਂ ਕਿਹਾ ਹੈਗਾ ਤੁਹਾਡਾ ਹੀ ਬੰਦਾ ਆ, ਮੈਨੂੰ ਸ਼ੱਕ ਆ ਪੂਰੀ ਜੀ, ਕਿਉਂਕਿ ਬੰਦਾ ਤੁਹਾਡਾ ਨਾਂ ਲੈ ਰਿਹਾ ਉਹ। ਅਤੇ ਮੈਂ ਕਿਹਾ ਉਹਨੂੰ ਕਿਹਾ ਸਿੱਧਾ ਆ ਕੇ ਮੈਨੂੰ ਟੱਕਰ ਲਾ, ਅਤੇ ਮੈਂ ਉੱਥੇ ਉਹਦੇ ਅੱਡੇ 'ਤੇ ਨਹੀਂ ਜਾਣਾ, ਜੇ ਜਾਣਾ ਲੁਧਿਆਣੇ ਤਾਂ ਮੈਂ ਇਹਨੂੰ ਕਿਹਾ। ਮੈਂ ਕਿਹਾ ਮੈਂ ਲੁਧਿਆਣੇ ਤੱਕ ਬਾਹਲੀ ਗੱਲ, ਜੇ ਮੈਨੂੰ ਜਾਣਾ ਪੈ ਗਿਆ ਮੈਂ ਇਕੱਲਾ ਜਾ ਕੇ ਵੀ ਆ ਸਕਦਾ ਹਾਂ, ਪਰ ਮੈਨੂੰ ਤੁਸੀਂ ਸਹੀ ਤਰ੍ਹਾਂ ਦੱਸ ਦਿਓ ਕਿ ਬੰਦਾ ਹੈਗਾ ਕੌਣ ਆ, ਜੇ ਬਾਹਲੀ ਗੱਲ ਉਹਨੇ ਮੇਰੇ ਨਾਲ ਗੱਲ ਕਰਨੀ ਮੈਂ ਕਰ ਲੂੰਗਾ, ਅਤੇ ਠੀਕ ਆ। ਅਤੇ ਉਦੋਂ ਬਾਅਦ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਤੂੰ ਇੱਦਾਂ ਇੱਦਾਂ ਗੱਲ ਆ, ਅਤੇ ਉਹ ਮੇਰੇ ਨਾਲ ਇੱਦਾਂ ਕਿਡਨੈਪ ਕਰਕੇ ਮੈਨੂੰ ਲੈ ਗਏ ਆ। ਅਤੇ ਉਦੋਂ ਬਾਅਦ ਉਹਨਾਂ ਨੇ ਉੱਥੇ ਕੁੱਟਮਾਰ ਕੀਤੀ। ਕਿੱਥੇ ਲੈ ਕੇ ਗਏ ਭਾਈ? ਇੱਦਾਂ ਤਾਂ ਮੈਨੂੰ ਪਤਾ ਨਹੀਂ ਹੈਗਾ, ਅੱਖਾਂ ਬੰਨ ਕੇ ਲੈ ਗਏ, ਵਰਕਸ਼ਾਪ ਵਗੈਰਾ ਟਾਈਪ ਦੇ ਸੀਗਾ ਕੁਛ, ਕੁਛ ਨਹੀਂ ਭਾਅ ਜੀ ਹੈਗੇ ਲੈ ਕੇ ਲੁਧਿਆਣੇ ਇਹਨੂੰ ਗਏ ਆ, ਇੰਨਾ ਮੈਨੂੰ ਪਤਾ। ਲੈ ਕੇ ਲਾ ਕੇ ਵੀ ਉੱਧਰ ਹੀ ਗਏ ਲੁਧਿਆਣੇ ਵਾਲੇ। ਕੁੱਟਮਾਰ ਕੀਤੀ, ਕੀ ਕੀਤਾ? ਕੁੱਟਮਾਰ ਕੀਤੀ ਭਾਅ ਜੀ ਉਹਨੇ। ਹਾਂਜੀ, ਕਿੰਨੇ ਬੰਦੇ ਸੀਗੇ? 4 ਬੰਦੇ ਸੀਗੇ, 2 ਸਰਦਾਰ ਸੀ 2 ਮੋਨੇ ਸੀਗੇ ਭਾਅ ਜੀ। ਗੱਡੀ ਵਗੈਰਾ ਕਿਹੜੀ ਸੀਗੀ? ਬਲੈਰੋ ਗੱਡੀ ਸੀਗੀ ਜੀ। ਨੰਬਰ ਕੁਛ ਨਹੀਂ ਸੀਗਾ ਜੀ, ਉਹ ਤੇ ਨੰਬਰ ਪਲੇਟ ਨਹੀਂ ਸੀਗੀ, ਹਰਿਆ ਜਿੱਦਾਂ ਪੇਪਰ ਜਿਹਾ ਲੱਗਾਈ ਏ ਐਫ ਲਿਖਿਆ ਸੀਗਾ। ਹਾਂਜੀ, ਕਿਉਂਕਿ ਮੈਨੂੰ ਪੂਰਾ ਯਕੀਨ ਵਾ ਜੀ ਇਹ ਕੰਮ ਉਹਨਾਂ ਦਾ ਹੀ ਆ, ਕਿਉਂਕਿ ਕਰੰਟ ਵਗੈਰਾ ਵੀ ਉਹਨੇ ਮੈਨੂੰ ਲਾਇਆ, ਕੁੱਟਮਾਰ ਵੀ ਕੀਤੀ ਆ ਇਹ ਕੰਮ। ਦੱਸਦੇ ਆ ਰਾਤੇ 2-2:30 ਵਜੇ ਲੈ ਕੇ ਆਏ ਆ ਤੁਹਾਡੇ, ਹਾਂਜੀ, ਕੱਪੜਾ ਨਹੀਂ ਪਾਇਆ ਹੋਇਆ ਸੀਗਾ, ਪੈਂਟ 'ਚ ਇਕੱਲੇ ਸੀਗੇ ਨੰਗਾ ਪੈ ਜੀ। ਪੈਂਟ ਵੀ ਉਹਨੇ ਮੈਨੂੰ ਜਿਹੜੇ ਬੰਦੇ ਲੈ ਕੇ ਉਹਨੇ ਗੱਡੀ 'ਚ ਫੜਾਈ ਮੈਨੂੰ, ਪੈਂਟ ਵੀ ਗੱਡੀ ਦੇ ਵਿੱਚ ਹੀ ਫੜਾਈ ਆ, ਪਾਉਣ ਦੇ ਲਈ ਮੈਨੂੰ ਪਹਿਲਾਂ ਕੱਛੇ ਦੇ ਵਿੱਚ ਹੀ ਸੀਗਾ ਭਾਅ ਜੀ ਮੈਂ। ਹਾਂਜੀ, ਕੋਈ ਕਹਿੰਦੇ ਨਸ਼ਾ ਵਗੈਰਾ ਵੀ ਤਾਂ? ਮੈਨੂੰ ਦਾਰੂ ਪਿਲਾਈ ਭਾਅ ਜੀ ਉਹਨੇ, ਮੈਂ ਕਦੀ ਪੀਤੀ ਨਹੀਂ ਸੀਗੀ, ਉਹਨੇ ਮੇਰੇ ਧੱਕੇ ਨਾਲ ਮੂੰਹ ਦੇ ਵਿੱਚ ਦਾਰੂ ਪਾਈ। ਕਿੰਨੇ ਵਜੇ ਰਾਤੀ ਫਿਰ ਪਰਿਵਾਰਕ ਮੈਂਬਰ ਲੈ ਕੇ ਆਏ? ਮੇਰੇ ਹਿਸਾਬ ਮੇਰੇ ਮੈਂ ਫੋਨ ਡਰਾਈਵਰ ਸੀਗਾ ਉੱਥੇ ਕੋਈ ਵਿਚਾਰਾ, ਉਹ ਤੇ ਉਹਨਾਂ ਦੇ ਫੋਨ ਦੇ ਵਿੱਚੋਂ ਮੈਂ ਫੋਨ ਕੀਤਾ, ਤੇ ਫਿਰ ਮੈਨੂੰ ਘਰ ਦੇ ਲੈ ਕੇ ਗਏ ਆ। ਹਾਂਜੀ,
ਹੁਣ ਕੀ ਤੁਸੀਂ ਮੰਗ ਕੀ ਮੈਂ ਕਰਦੇ ਮੰਗ ਇਹ ਕਰਦਾ ਭਾਅ ਜੀ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ, ਕਿਉਂਕਿ ਉਹਨੀ ਹੀ ਇਹ ਕੰਮ ਕਰਵਾਇਆ ਮੇਰੇ ਨਾਲ। ਹਾਂਜੀ, ਕਿਉਂਕਿ ਮੈਨੂੰ ਫੋਨ ਡਾਇਰੈਕਟ ਉਹਨੇ ਕੀਤਾ ਸੀਗਾ, ਉਸ ਬੰਦੇ ਨੇ ਡਾਇਰੈਕਟ ਵੀ ਕਰਦਾ ਰਿਹਾ ਮੈਨੂੰ, ਵਟਸਅਪ 'ਤੇ ਵੀ ਕਾਲ ਕਰਦਾ ਰਿਹਾ। ਕੱਲ੍ਹ ਵੀ ਫੋਨ ਆਇਆ ਸੀਗਾ, ਕੱਲ੍ਹ ਵੀ ਮੈਨੂੰ ਉਹਦੇ ਭਰਾ ਨਾਲ ਗੱਲ ਹੋਈ ਸੀਗੀ ਕੁੜੀ ਦੇ ਨਾਲ, ਜਿਸ ਟਾਈਮ ਮੇਰੀ ਉਹਨਾਂ ਗੱਲ ਹੋਈ ਉਦੋਂ ਥੋੜ੍ਹੇ ਟਾਈਮ ਬਾਅਦ ਹੀ ਮੇਰੇ ਨਾਲ ਇਹ ਕੰਮ ਹੋ ਗਿਆ, ਕਿਉਂਕਿ ਉਹਨੂੰ ਹੀ ਮੈਂ ਦੱਸਿਆ ਸੀ ਕਿ ਮੈਨੂੰ ਉਹ ਬੰਦਾ ਲੁਧਿਆਣੇ ਸੱਦ ਰਿਹਾ ਆ ਜਾਣਾ ਆ, ਅਤੇ ਉਹ ਮੈਨੂੰ ਕਹਿੰਦਾ ਆ ਕਿ ਤੂੰ ਜੇ ਜਾਣਾ ਤਾਂ ਨਾਲ ਜਾ ਸਕਦਾ, ਕਿਉਂਕਿ ਅੱਗੇ ਵੀ ਇੱਕ ਦਿਨ ਭਾਅ ਜੀ ਉਹਨੇ ਜਦੋਂ ਮੈਨੂੰ ਬੰਦੇ ਦਾ ਫੋਨ ਆਇਆ ਸੀਗਾ, ਉਹਨੇ ਮੈਨੂੰ ਫਲੋਰ ਉਹਨੂੰ ਕਿਹਾ ਸੀਗਾ, ਮੈਂ ਕਿਹਾ ਮਸਲਾ ਤਾਂ ਇਹਨਾਂ ਦਾ ਮੈਂ ਵਿੱਚ ਕੱਲ੍ਹ ਹੀ ਇਨਵੋਲਵ ਹੋਣਾ, ਮੈਂ ਕਿਹਾ ਯਾਰ ਉਹ ਤੁਹਾਡਾ ਮਸਲਾ ਹੈ, ਫੋਨ ਮੈਨੂੰ ਕਰਦਾ ਫਲੋਰ ਸੱਦ ਰਿਹਾ ਆ, ਤੁਸੀਂ ਫਲੋਰ ਜਾ ਕੇ ਉਹਨਾਂ ਨਾਲ ਗੱਲ ਕਰ ਲਓ। ਇਹ ਉਸ ਟਾਈਮ ਵੀ ਤਾਂ ਕਾਨਫਰੰਸ ਜਿਸ ਟਾਈਮ ਲਾਈ ਹੈ ਨਾ ਕੁੜੀ ਦੇ ਨਾਲ ਵੀ ਉਹਨੇ ਗੱਲ ਕੀਤੀ, ਤਾਂ ਕੁੜੀ ਦੇ ਉਹਦੇ ਨਾਲ ਕੋਈ ਸਹੀ ਤਰੀਕੇ ਨਾਲ ਗੱਲ ਨਹੀਂ ਕੀਤੀ ਬੰਦੇ ਦੇ ਨਾਲ, ਕਿਉਂਕਿ ਇਹਨਾਂ ਨੂੰ ਪਤਾ ਆ, ਕਿਉਂਕਿ ਜੋ ਫੋਨ ਫਾਨ ਵੀ ਮੇਰੇ ਹਿਸਾਬ ਨਾਲ ਕਰਾ ਰਿਹਾ, ਇਹਨਾਂ ਦੇ ਜੀਜੇ ਕਰਾ ਰਿਹਾ ਆ। ਹਾਂਜੀ, ਕੀ ਨਾਂ ਅੰਕਲ ਤੁਹਾਡਾ? ਮੇਰਾ ਨਾਂ ਸੰਤੋਖ ਲਾਲ ਜੀ। ਤੁਸੀਂ ਥਾਣੇ ਖੜੇ ਆ, ਕੀ ਮਾਮਲਾ ਸਾਰਾ? ਮਾਮਲਾ ਮੇਰੇ ਮੁੰਡੇ ਨੂੰ ਕਿਡਨੈਪ ਕਰਕੇ ਸੀ। ਕਿੰਨੇ ਕੁ ਵਜੇ ਦੀ ਗੱਲ ਹੈ, ਕੀ ਨਾਂ ਜੀ ਮੁੰਡੇ ਦਾ? 4 ਤੋਂ 5 ਵਜੇ ਦੇ ਵਿੱਚ। ਕੀ ਨਾਮ ਹੈ ਜੀ ਮੁੰਡੇ? ਅਨੂਪਗੜ। ਕਿਹੜਾ ਪਿੰਡ ਹੈ ਆਪਣਾ? ਚਿਚਰੋੜ। ਕਿੰਨੇ ਬੰਦੇ ਸੀਗੇ ਤੇ ਕੀ ਮਾਮਲਾ, ਕੀ ਲੱਗਦਾ ਪਿਆ ਤੁਹਾਨੂੰ ਇਹ ਸਾਰਾ ਕਿਡਨੈਪਿੰਗ? ਨਾਲ ਸਕਾ ਦੱਸਦਾ, 4 ਬੰਦੇ ਸੀਗੇ। ਹਾਂਜੀ, ਗੱਡੀ ਦੇ ਵਿੱਚ ਆਏ, ਇਹਨਾਂ ਨੂੰ ਪਹਿਲਾਂ ਉਹਨੂੰ ਫੋਨ ਕੀਤਾ, ਫੋਨ ਕਰਕੇ ਉਹਨੂੰ ਸੱਦ ਲਿਆ, ਸੱਦ ਕੇ ਮਗਰਵਾਣੀ ਕਿਡਨੈਪ ਕਰਕੇ ਗੱਡੀ 'ਤੇ ਸੈੱਟ ਕੇ ਲਿਆ। ਕਿਹੜੀ ਗੱਡੀ ਸੀਗੀ? ਬਲੋਰੋ ਗੱਡੀ ਸੀ। ਹੁਣ ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਹੈ? ਹਾਂਜੀ, ਪੁਲਿਸ ਨੂੰ ਕੰਪਲੇਂਟ ਕੀਤੀ ਆ। ਹਾਂਜੀ, ਆਪਣੀ ਇਨਕੁਆਇਰੀ ਕਰ ਰਹੇ ਹੈ। ਹੁਣ ਤਾਂ ਕੁਛ ਪਤਾ ਲੱਗਾ, ਕੋਈ ਫੋਨ ਫੋਨ ਆਇਆ ਕੁਛ ਨਹੀਂ ਲੱਗੀ। ਸਰ, ਇੱਕ ਜਿਹੜਾ ਕਿਡਨੈਪ ਦਾ ਮਾਮਲਾ ਦਰਜ ਕੀਤਾ ਪੁਲਿਸ ਨੇ, ਕੀ ਮਾਮਲਾ ਜੀ ਸਾਰਾ? ਇਹ ਇੱਕ ਲੜਕਾ ਅਨੂਪ ਬੰਗੜ ਹੈਗਾ, ਅਤੇ ਚਰਾੜੀ ਦਾ ਰਹਿਣ ਵਾਲਾ, ਥਾਣਾ ਗੁਰਾਇਆਂ ਦਾ, ਜਿਹੜਾ ਕੱਲ੍ਹ ਜਿਹਨੇ ਕਿਹਾ ਵੀ ਮੈਨੂੰ ਬੁਲਾਇਆ ਆਟਾ ਨਹਿਰ 'ਤੇ, ਅਤੇ ਉੱਥੋਂ ਉਹਨੂੰ ਬਲੈਰੋ ਦੇ ਵਿੱਚ ਜਿਹੜੇ ਹੈਗੇ ਆ ਨੌਜਵਾਨ ਸੀਗੇ ਵਿੱਚ ਬੈਠੇ ਹੋਏ ਲੈ ਗਏ ਉਹਨੂੰ ਲੁਧਿਆਣੇ, ਅਤੇ ਜਦੋਂ ਇਸ ਸੰਬੰਧੀ ਅਸੀਂ ਜਿਹੜਾ ਹੈਗਾ ਮੁਕੱਦਮਾ ਕਿਡਨੈਪਿੰਗ ਦਾ ਜਿਹੜਾ ਦਰਜ ਰਜਿਸਟਰ ਕੀਤਾ, ਉਹਦੇ ਮੁਤਾਬਕ ਜਿਹੜੀ ਹੈਗੀ ਅਸੀਂ ਤਫਤੀਸ਼ ਚੱਲ ਰਹੀ ਆ, ਜੋ ਵੀ ਉਹਦੇ ਤੱਥ ਸਾਹਮਣੇ ਆਉਣਗੇ ਉਹਨਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਸਰ, ਕੁਛ ਇਹਨੇ ਪੁੱਛਗਿੱਛ ਦੇ ਵਿੱਚ ਦੱਸਿਆ ਕਿ ਕੋਈ ਰੰਜਿਸ਼ ਹੈ ਜਾਂ ਕੀ ਮਾਮਲਾ ਇਹ ਲੱਗ ਰਿਹਾ? ਨਹੀਂ, ਅਜੇ ਤੱਕ ਕੋਈ ਮਤਲਬ ਨਹੀਂ ਦੱਸਿਆ, ਅੱਜ ਤੱਕ ਉਹ ਕਹਿੰਦਾ ਮੇਰੀ ਸਿਹਤ ਨਹੀਂ ਠੀਕ, ਹੋਸਪਿਟਲ ਦਾਖਲ ਹੈ, ਉਸ ਤੋਂ ਬਾਅਦ ਜਿਹੜਾ ਹੈਗਾ ਪੁੱਛਗਿੱਛ ਕਰਕੇ ਜੋ ਵੀ ਹੋਊਗਾ ਕਾਰਵਾਈ ਉਹਨਾਂ 'ਤੇ ਲਿਆਵਾਂਗੇ। ਜਿਹੜੀ FIR ਹੋਈ ਹੈ ਅਣਪਛਾਤਿਆਂ ਦੇ? ਹਾਂਜੀ ਹਾਂਜੀ ਹਾਂਜੀ, ਅਣਪਛਾਤਿਆਂ।